ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਛੁੱਟਣ ਭਵਨ ਮਾਨਸਾ ਤੇ। ਜੋ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਜੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਵਰਨਮਾਲਾ ਵੀ ਸਿਖਾ ਚੁੱਕੇ ਹਾਂ ਅਤੇ ਅੱਖਰਾਂ ਦਾ ਜੋੜ ਵੀ ਦੱਸ ਚੁੱਕੇ ਹਾਂ। ਹੁਣ ਨੈਕਸਟ ਅਧਿਆਇ ਆਪਣਾ ਜਿਹੜਾ ਹੈਗਾ ਉਹ ਹੈਗਾ ਸਵਰਾਂ ਦਾ। ਸਵਰਾਂ ਦੇ ਸਥਾਨ ਤੁਹਾਨੂੰ ਦੱਸਾਂਗੇ ਵੀ ਕਿਹੜਾ ਸਵਰ ਕਿਹੜੇ ਸਥਾਨ 'ਤੇ ਪੈਂਦਾ, ਕਿਹੜਾ ਸਵਰ ਕਿਹੜੇ ਸਥਾਨ 'ਤੇ। ਆਪਣੇ ਤਿੰਨ ਸਥਾਨ ਨੇ ਸਵਰ ਦੇ, ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਰਹੇ ਹੋ। ਟੋਟਲ ਸਵਰ ਆਪਣੇ ਨੇ 11, ਠੀਕ ਹੈ। ਪਹਿਲਾ ਸਵਰ ਆਪਣਾ ਆ ਜਾਂਦਾ ਹੈਗਾ ਆ, ਅੜੇ ਨੂੰ ਕੰਨਾ। ਜਿੱਥੇ ਵੀ ਆਪਾਂ ਨੂੰ ਕੰਨੇ ਦੀ ਆਵਾਜ਼ ਆਊਗੀ, ਆ ਦੀ ਆਵਾਜ਼ ਆਊ, ਉੱਥੇ ਆਪਾਂ ਇੱਕ ਡੋਟ ਲਗਾਉਣਾ ਹੈਗਾ। ਪਹਿਲਾ ਸਥਾਨ, ਦੂਜਾ ਸਥਾਨ, ਤੀਜਾ ਸਥਾਨ, ਡੋਟ ਲਗਾਉਣ ਦਾ। ਪਹਿਲੇ ਸਥਾਨ 'ਤੇ ਕੰਨੇ ਵਾਲਾ ਆ, ਜਿੱਥੋਂ ਆ ਦੀ ਆਵਾਜ਼ ਆਊਗੀ ਆਪਾਂ ਪਹਿਲੇ ਸਥਾਨ 'ਤੇ ਇੱਕ ਡੋਟ ਲਗਾਵਾਂਗੇ, ਜੋ ਕਿ ਆਪਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਸ ਵੀ ਰਿਹਾ ਹੈਗਾ, ਠੀਕ ਹੈ ਦੋਸਤੋ। ਅਤੇ ਨੈਕਸਟ ਆਪਣਾ ਹੈਗਾ ਹੈਗਾ ਏ, ਜਿੱਥੇ ਵੀ ਆਪਾਂ ਨੂੰ ਲਾਵਾਂ ਦੀ ਆਵਾਜ਼ ਆਵੇਗੀ ਇਹ, ਉੱਥੇ ਆਪਾਂ ਸੈਕਿੰਡ ਸਵਰ ਲਾਵਾਂਗੇ, ਡੋਟ ਦੂਜੇ ਸਥਾਨ 'ਤੇ ਡੋਟ ਲੱਗੂਗਾ। ਈਡੀ ਨੂੰ ਵਿਹਾਰੀ, ਇਹਦੀ ਆਵਾਜ਼ ਆਏਗੀ ਤਾਂ ਤੀਜੇ ਸਥਾਨ 'ਤੇ ਡੋਟ ਲਵਾਵਾਂਗੇ। ਉਸ ਤੋਂ ਅਗਲਾ ਆ ਗਿਆ ਆਪਣਾ ਡੈਸ਼ ਸਵਰ। ਇਹ ਦੋ ਤਰ੍ਹਾਂ ਦੇ ਹੁੰਦੇ ਨੇ ਸਵਰ, ਦੀਰਘ ਸਵਰ ਜਿਹੜੇ ਕਿ ਗੂੜੀ ਬਿੰਦੀ 'ਚ ਪੈਂਦੇ ਨੇ ਅਤੇ ਨਾਲ ਆਪਣੇ ਗੂੜੀ ਡੈਸ਼ ਪੈਂਦੇ ਨੇ। ਇੱਕ ਹੁੰਦੇ ਆ ਹਰਸਵ, ਉਹ ਫਿੱਕੀ ਬਿੰਦੀ ਅਤੇ ਫਿੱਕੀ ਡੈਸ਼ ਨਾਲ ਪੈਂਦੇ ਨੇਗੇ, ਠੀਕ ਹੈ। ਹੁਣ ਤੁਹਾਨੂੰ ਮੈਂ ਗੂੜੀ ਬਿੰਦੀ ਤਾਂ ਦੱਸ ਚੁੱਕੇ ਹਾਂ, ਅੱਗੇ ਤੁਹਾਨੂੰ ਹੁਣ ਆਪਾਂ ਫਿੱਕੀ ਬਿੰਦੀ ਬਾਰੇ, ਗੂੜੀ ਡੈਸ਼ ਬਾਰੇ ਦੱਸ ਰਹੇ ਹਾਂ। ਇੱਥੇ ਆਓ ਕਨੌੜੇ ਦੀ ਆਵਾਜ਼ ਆਊਗੀ, ਉੱਥੇ ਆਪਾਂ ਲਾਵਾਂਗੇ ਪਹਿਲੇ ਸਥਾਨ 'ਤੇ ਡੈਸ਼। ਹੋੜੇ ਦੀ ਆਵਾਜ਼ ਆਊਗੀ ਤਾਂ ਦੂਜੇ ਸਥਾਨ 'ਤੇ ਡੈਸ਼। ਊ ਦੀ ਆਵਾਜ਼ ਆਊਗੀ ਤਾਂ ਆਪਾਂ ਤੀਜੇ ਸਥਾਨ 'ਤੇ ਡੈਸ਼ ਲਾਵਾਂਗੇ। ਉਸ ਤੋਂ ਆਪਾਂ ਜਿਹੜੇ ਹਰਸਵ ਸਵਰ ਹੁੰਦੇ ਨੇਗੇ, ਫਿੱਕੀ ਬਿੰਦੀ ਵਾਲੇ, ਫਿੱਕੀ ਡੈਸ਼ ਵਾਲੇ, ਹੁਣ ਤੁਹਾਨੂੰ ਉਹਨਾਂ ਬਾਰੇ ਦੱਸਦੇ ਹਾਂ। ਜਿੱਥੇ ਦਲਾਵਾਂ ਦੀ ਆਵਾਜ਼ ਆਊਗੀ, ਉੱਥੇ ਆਪਾਂ ਪਹਿਲੇ ਸਥਾਨ 'ਤੇ ਫਿੱਕੀ ਬਿੰਦੀ, ਯਾਨੀ ਕਿ ਫਿੱਕਾ ਡੋਟ, ਲਾਈਟ ਡੋਟ, ਠੀਕ ਹੈ। ਨਾ ਦਲਾਮਾਂ ਦੇ ਨਾਲ ਅੱਧਕ ਆ ਜੇ, ਉਸ ਦੀ ਆਵਾਜ਼ ਆਵੇ ਤਾਂ ਆਪਾਂ ਸੈਕਿੰਡ ਸਥਾਨ 'ਤੇ, ਦੂਜੇ ਸਥਾਨ 'ਤੇ ਫਿੱਕੀ ਬਿੰਦੀ ਲਾਵਾਂਗੇ, ਠੀਕ ਹੈ। ਈੜੀ ਨੂੰ ਸਿਹਾਰੀ ਆ ਜੇ, ਉੱਥੇ ਆਪਾਂ ਤੀਜੇ ਸਥਾਨ 'ਤੇ ਫਿੱਕੀ ਬਿੰਦੀ ਲਾਵਾਂਗੇ। ਉਸ ਤੋਂ ਅਗਲਾ ਸਵਰ ਆਪਣਾ ਖਾਲੀ ਹੈ। ਪਹਿਲਾ ਸਵਰ ਜਿਹਨੂੰ ਕਿ ਆਪਾਂ ਫਿੱਕੀ ਡੈਸ਼ 'ਤੇ ਵਰਤਣਾ ਸੀ, ਉਹ ਸਵਰ ਆਪਣਾ ਕੋਈ ਹੈ ਨਹੀਂ। ਉਸ ਤੋਂ ਅਗਲਾ ਹੈਗਾ ਦੂਜੇ ਸਥਾਨ ਦਾ ਸਵਰ, ਜਿੱਥੇ ਇਕੱਲਾ ਆੜ ਆ ਜੇ, ਜਿਸ ਤਰ੍ਹਾਂ ਕਿ ਅੱਜ 'ਚ ਆਉਂਦਾ, ਕੋਈ ਸਵਰ ਨਹੀਂ ਹੁੰਦਾ, ਉੱਥੇ ਆਪਾਂ ਦੂਜੇ ਸਥਾਨ 'ਤੇ ਫਿੱਕੀ ਡੈਸ਼ ਲਾਵਾਂਗੇ। ਜਿੱਥੇ ਔਂਕੜ ਆ ਜੇ, ਉੱਥੇ ਆਪਾਂ ਤੀਜੇ ਸਥਾਨ 'ਤੇ ਫਿੱਕੀ ਡੈਸ਼ ਲਾਵਾਂਗੇ। ਇਸ ਤਰ੍ਹਾਂ ਦੋਸਤੋ ਹੁਣ ਤੁਹਾਨੂੰ ਇਕੱਲੇ ਸ਼ਬਦ ਨਾਲ ਪਾ ਕੇ ਵੀ ਦੱਸ ਦਿੰਦੇ ਹਾਂ, ਇਹ ਤੁਸੀਂ ਮਤਲਬ ਤੁਹਾਨੂੰ ਮੈਂ ਇੱਕ ਚਾਰਟ ਬਣਾ ਕੇ ਸਮਝਾ ਦਿੱਤਾ, ਹੁਣ ਤੁਹਾਨੂੰ ਮੈਂ ਉੱਧਰ ਲੈ ਕੇ ਚੱਲਦਾ। ਆ ਜਾਓ ਹੁਣ ਤੁਹਾਨੂੰ ਇਕੱਲਾ ਪਹਿਲਾ ਸਵਰ ਕਰਦੇ ਹਾਂ ਅੜੇ ਨੂੰ ਕੰਨੇ ਵਾਲਾ, ਜਿਸ ਤਰ੍ਹਾਂ ਕਿ ਉਹਦੇ ਵਿੱਚ ਹੁੰਦਾ ਹੈਗਾ। ਪਹਿਲਾਂ ਆਪਾਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ, ਜੋ ਆਪਾਂ ਵਰਨਮਾਲਾ ਕੀਤੀ ਸੀ ਉਹਦੇ ਸਾਰੇ ਅੱਖਰਾਂ ਦੇ ਦੋ ਪਾਸੇ ਹੁੰਦੇ ਨੇਗੇ। ਜਿਸ ਤਰ੍ਹਾਂ ਆਪਾਂ ਕੀਤਾ ਸੀਗਾ, ਪਹਿਲਾਂ ਕੱਕਾ, ਕੱਕੇ ਵਾਲੀ ਲਾਈਨ ਆ ਗਈ ਸਾਰੀ ਇਸ 'ਚ ਮੰਨ ਲਓ। ਸੈਕਿੰਡ ਆਪਾਂ ਕੀਤੀ ਸੀ ਚੱਚੇ ਵਾਲੀ, ਫਿਰ ਆਪਣੀ ਆ ਗਈ ਸੀ ਟੈਂਕੇ ਵਾਲੀ, ਪੱਪੇ ਵਾਲੀ, ਠੀਕ ਹੈ। ਫਿਰ ਆਪਣੀਆਂ ਵਕਰ ਰੇਖਾਵਾਂ ਸੀ, ਜਿਸ ਤਰ੍ਹਾਂ ਮੰਮਾ, ਨੰਨਾ, ਠੀਕ ਹੈ, ਰਾਰਾ ਜਾਂਦਾ ਸੀ ਨੀਚੋਂ ਉੱਪਰ ਵਾਰ ਨੂੰ, ਠੀਕ ਹੈ, ਤੱਤਾ ਆ ਗਿਆ। ਇਹ ਸਾਰਿਆਂ ਦੇ ਤੁਹਾਨੂੰ ਮੈਂ ਇੱਕ ਫੱਫਾ, ਲੱਲਾ, ਯਈਆ, ਠੀਕ ਹੈ, ਇਹ ਸਾਰਿਆਂ ਦੇ ਦਾ ਜਿਹੜਾ ਉੱਪਰਲਾ ਪਾਸਾ ਹੈਗਾ, ਯਾਨੀ ਕਿ ਇਹ ਖੱਬਾ ਪਾਸਾ ਹੈ, ਨਿਚਲਾ ਸੱਜਾ ਪਾਸਾ ਹੈ, ਠੀਕ ਹੈ। ਉਸੇ ਤਰ੍ਹਾਂ ਹੀ ਚੱਚੇ ਦਾ ਇੱਧਰਲਾ ਸੱਜਾ ਆਜੂ, ਇਹ ਖੱਬਾ, ਠੀਕ ਹੈ, ਇਹਦਾ ਵੀ ਆ ਸੱਜਾ, ਆ ਖੱਬਾ, ਆ ਸੱਜਾ, ਆ ਖੱਬਾ, ਠੀਕ ਹੈ। ਨੈਕਸਟ ਆਪਣਾ ਮੰਮਾ ਆ ਗਿਆ, ਇਹ ਗੁਲਾਈ 'ਚ ਹੈ, ਮੰਮੇ ਦਾ ਨਿਚਲਾ ਸੱਜਾ, ਉਤਲਾ ਖੱਬਾ, ਠੀਕ ਹੈ ਜੀ। ਇਸੇ ਤਰ੍ਹਾਂ ਹੀ ਨੰਨੇ ਦਾ ਥੱਲੜਾ ਸੱਜਾ, ਉਤਲਾ ਖੱਬਾ, ਠੀਕ ਹੈ। ਆ ਜਿਹੜਾ ਨੀਚੋਂ ਰਾਰਾ ਉੱਪਰ ਨੂੰ ਜਾ ਰਿਹਾ, ਇਹਦਾ ਵੀ ਇੱਧਰ ਆ ਸੱਜਾ, ਆ ਖੱਬਾ, ਠੀਕ ਹੈ। ਇਸ ਤਰ੍ਹਾਂ ਤੱਤੇ ਦਾ ਇੱਧਰ ਸੱਜਾ, ਇੱਧਰ ਖੱਬਾ, ਠੀਕ ਹੈ। ਫੱਫੇ ਦਾ ਵੀ ਇਸੇ ਤਰ੍ਹਾਂ ਹੀ ਹੈਗਾ,
इधर सज्जा इस तरह खब्बा, यही है दा नीचे सज्जा उपर खब्बा, इहदा भी सज्जा खब्बा। ठीक है, उस तो इस तरह सानू सारे दे दो पासे होंदे आ सज्जा और खब्बा। इस तरह स्वर लगाउण दे भी तीन स्थान निश्चित किए गए नेगे, जिस तरह कक्का गा इसका पहला स्थान हैगा, कक्का एक कक्के का पहला स्थान, दूजा तीजा, इस तरह उपर भी एक दो तीन, इस तरह चचे का एक दो तीन, एक दो तीन, इस तरह ही टैंके का एक दो तीन, एक दो तीन। ठीक है, इस सारी थोनों इस चीज़ों की PDF फाइल साढ़े डिस्क्रिप्शन के लिंक के मिल जूगी। ठीक है, उस तो बाद जिमें मम्मा है यदा भी पहला दूजा तीजा, पहला दूजा तीजा। ठीक है, ये सारे अखर के तीन स्थान निश्चित किए गए हैं। स्वर लगते किमें ने तो वह भी दस दें, जिस तरह आप लिए पहला आप, एक आप शब्द ले लिया आप। ठीक है, इसमें हूँ आप पप्पा पावे अपना आ ऊड़ा आड़ा ईड़ी, ये तीन तो स्वर है, हूँ आड़ा की स्वर आ गया। ठीक है, आप पप्पा पा लिया रेखा दे, पप्पे तो पहला आड़ा इन कन्ना आ रहा, मतलब आ का स्वर आ रहा अपना पप्पे तो पहला, इसलिए पप्पे तो पहला आप पहले स्थान पर डॉट ला देंगे। जे यही पप्पे कन्ना हों, मतलब पप्पे तो बाद पा की आवाज आ रही है, उस क्या आप पहला आ की आवाज आ रही है, इस की है पा पप्पे तो बाद आ रही है, फिर आप करा पप्पे तो बाद डॉट ला देंगे। ठीक है जी, पहले स्थान पर जेकर ऐसे तो पे हुंदा पप्पे नू लामा हुंदी, फिर की सी पप्पा सैकेंड स्थान ते। ठीक है, जेकर पी हुंदा फिर पाए पप्पा ता पाए ता तीजे स्थान ते डॉट लगा दिंदे। ये तो हो गया अपना पहला स्वर, उहदे तीन स्थान हो गए, पहला दूजा तीजा। ठीक है दोस्तों, हुण तुहानू दूजा स्वर दस दिंदा जिहड़ा अपना हल्की डैश वाला सीगा, जिस तरह तुहानू दस्सिया सी अज मैं शब्द बोलिया सी पहला। ठीक है, इस ना तो आड़े नू कन्ना ना लामा ना दलामा कुछ भी नहीं, इसलिए यह दूजा स्वर आ गया। जज्जा आप पा देंगे इत्थे विचकार हल्की डैश। ठीक है, ये अपना अज हो गया। उस तरह थोड़ा मैं कुछ होर शब्द पाना, जिमें कि आप लिया आस, सस्से तो पहला स्वर है, सस्सा पहले स्थान पर। ठीक है, उप की है तीजे स्थान का स्वर हैगा, है पप्पे तो पहला गा, फिर क्या पप्पा तीजे स्थान पर डॉट आ जाऊगा। तो इहदा स्थान की निश्चित पाउण दा स्थान, जिहड़ा आपां कहिंदे वी अखर नूं पहला दूजा तीजा, जिहड़ी अपनी लाइनदार कापी हुंदी उस तरह लाइनां हुंदियां ने, उहदे विच आपां जो पहला सवार आ जिवें पप्पे नूं करना आ गया, चाहे पहला चाहे बाद चों पप्पे तों, जिवें आस तुहानूं दस के हटियां, उह आपां लाइन तों इन्ना उत्ते पावांगे, लाइन नूं टच नहीं होना चाहिए पहला सवार पा। ठीक है, जिवें हुण आपां पाया सी आस, ठीक है वह आस इस तरह होगा, मतलब लाइन नूं टच नहीं होना चाहिए कोई भी अखर इस तरह। जिस च आ गया जिवें मन के चलो मम्मा नूं लामा लल्ला मेल आ गया, वह आपां लाइन नूं टच करांगे क्योंकि दूजा स्वर आ गया, लल्ला उत्ते लग जाऊ, दूजे स्थान पर स्वर लग जाऊ विचकार। ठीक है, माल हुंदा दी थां ते फिर आपां मम्मे नूं भी लाइन तो उपर रखते, लल्ला उपर ला जाते, पहले स्थान पर इत्थे डॉट लग जाता, इस तरह अपना माल आ जाता। जेकर हुण इसे नूं मैं पावां मील, ठीक है दोस्तों, यह आ गया तीजे स्थान का। ठीक है, फिर मम्मा थोड़ा लाइन कट के अद्धा क मम्मा उत्ते अद्धा नीचे लल्ला उपर वग जू, जिहड़ा इहदा स्वर हैगा यह लगना है लाइन दे, देखो तीजा स्वर है जिहड़ा लगना तो इत्थे चाहिए, जे कल्ला मी हुंदा आप उह स्वर मम्मे नूं इत्थे लाउंदे। ठीक है, पर इहदे नाल की है जदों नाल कोई होर अखर आ गया, जिवें नाल इहदे लल्ला आ गया, लल्ले नूं आपां उपर लै गए, इहदा रूल है दोस्तों एक, जो पहला स्वर है पहले स्थान ते पऊ, दूजा दूजे ते पऊ, जिहड़ा तीजा आ जांदा उह दूजे रेखा दे खब्बे पासे तीजे स्थान ते पऊ। ये बहुत ही महत्वपूर्ण लाइन है, इस जेकर तुहाडे दिमाग दे विच बैठ गई तां तुसीं बहुत जल्दी समझोगे इस चीज़ नूं। इस तरह इहदा दूजी रेखा की है लल्ला, लल्ले का खब्बा पासा इधर आ गया। ठीक है, इसलिए तीजे स्थान पर आप डॉट लगाता। ठीक है,
इस तरह मैं एक एग्जाम्पल भी बना के दिखा दिना गा। जिस तरह हूँ आप ले लिया कोई भी है, दो रेखावां ले लिया कोई भी कह लो, ठीक है। जिम्मे पहला स्थान आ हो गया, दूजा आ हो गया, यदा तीजा आ होया, ठीक है। जो कल सिंगल रेखा वह पहला दूजा तीजा, या भी सिंगल लै लो पहला दूजा तीजा, ठीक है, पहला दूजा तीजा। जदों इस तरह दो रेखावां आ गईयां, तीजा स्वर आ गया। देखो दोस्तों, जे आप उरे लाने वो अपन ये भी हो सकता है भी जी दूसरी लाइन रेखा हैगी पहला स्वर है, ठीक है, खब्बे पासे उदा भी आ सकता, इसलिए कन्फ्यूजन ना पवे। इसका तीजा स्वर अगली रेखा दे तीजे स्थान ते खब्बे पासे पवेगा, ठीक है। हुण तुहानू कुछ कल्ले कल्ले शब्द भी पाउणे दस देंगे। जिस तरह आ तुहाडी नोटबुक की लाइन आ गई, जिहड़ी अपनी कोई भी बुक हुंदी है लाइनां हुंदियां ने उहदे विच, ठीक है। हुण तुहानू मैं कल्ला कल्ला शब्द पा के दसदा, जिवें आपां पाईए पा, पप्पे नूं कन्ना पहला स्वर आ गया, इस करके लाइन तो उपर पवेगा, इतने डॉट लग जाएगा, ठीक है। नैक्सट की है, जिमें पाई आप जजा, लाइन तो उपर, जजे तो बाद कन्ना, इसलिए जजे तो बाद आप डॉट लाता, हो हाहा, दूजा स्वर आ गया, इसलिए इनू लाइन ते आप टच कर देंगे, डैश लगा देंगे हल्की, ठीक है। इस तरह सौ, इस भी दूजा आ गया, ससा लाइन टच होगा, दूजे स्थान के पिछे डैश लग जू। दो च भी सेम है, दत्ता टच हो विचकार डैश लग जाएगी, ठीक है। हुण दो अक्षरां दे विच सानू जोड़ना सिखाउने आ। जिस तरह तुहाडी इह नोटबुक च लाइना ने, ठीक है। हुण जे मैं छत पावां जाप, ठीक है, जजे नूं करना पप्पा, जजा इत्थे उपर लाइन तो उपर हो पप्पा जाप, ठीक है। जे मैं पावां पाल, पप्पा लल्ला, ठीक है। जे इहदी थां ते हुण शब्द आ जांदा पेल, उह कि पाउंदे टच लाइन लल्ला उपर, सॉरी डॉट बचाले, ठीक है, पेल। जे पील आ जाता फिर की करते सी आपां, पप्पे नू अंडरलाइन, तीजा स्वर आ गया लल्ला, इहदा की सी इत्थे लग जाता दूजी लाइन के खब्बे पासे तीजे स्थान ते स्वर लग जाता। दोस्तों जदों भी पहला स्वर आ जाए तो उहदी रेखा जिहड़ी ओह लाइन तो उपर पवेगी, पहले स्वर का चिन्ह है जो वह पहले स्थान पर लगेगा, जो दूजा स्वर आ गया वह लाइन में टच करेगी उसकी रेखा, तो स्वर है जोड़ा वह दूजे स्थान पर पवेगा। जिमें कि आप इतने पाया लाइन में टच भी कर स्वर भी आप पाया, ठीक है। उस तरह ही अपना ये है, देखो हम दसा पहला स्वर पहले स्थान पर पाता, ठीक है, पहला स्वर आ गया जो वो लाइन तो उपर रहेगा, देखो आप उरे लाइन तो उपर रखा हुआ है। इस तरह जो तीजा स्वर आ जूगा वह आप लाइन में कट के पावे, मतलब अद्धा शब्द अपना लाइन तो उपर अद्धा लाइन तो थले, ठीक है। तो जो स्वर होगा वह अगली रेखा के खब्बे पासे तीजे स्थान पर लगू, जिस तरह आप लगाया तो तीजे स्थान पर ही पाएगा, ठीक है। दोस्तों इस तरह थोड़े तो मैं सारे थोनों स्वर जो थोड़ा एक पहला सर्कल दे विच बनाया सी आपां मुरे डब्बा उहदे विच स्वर दसे सी, उस नूं कल्ला कल्ला स्वर पाउणा दसता। इस दे सारे ही शब्द वस जिहड़े दे शब्द प्रैक्टिस लई ने तुहानूं PDF फाइल राहीं सारे डिस्क्रिप्शन च मिल जाणगे, उत्थों तुसीं इह कर सकदे हो। इहदे च कुछ शब्द हुंदे हैगे जिस तरह आ जांदा गा मां, ठीक है। ये हुण जदों कल्ला आपां पहला कीता सी पा वो तो आप इतने लाता, ये उत्ते आ गई बिंदी, इनू किवें पावांगे आपां, आ लाइन अपनी पऊ तो यह पहले स्थान पर, ये कन्ने की डॉट की थान पर आप एक सर्कल ला देंगे छोटा जहा बिल्कुल, जिस तरह एक इस तरह का वर्ड हो रहा गां, ठीक है, गग्गा पहले स्थान पर, पहले स्थान पर ही आप इस तरह ला देंगे गां, ठीक है। इहदा की नाल बिंदी आ गई, जिथे आप स्वर्ण का चिन्ह आप डॉट लाते
ਉਸੇ ਸਵਰ ਨੂੰ ਆਪਾਂ ਜੇ ਨਾਲ ਆਪਾਂ ਜੇਕਰ ਦੇਖੀਏ ਬਿੰਦੀ ਆਉਂਦੀ ਹੈ ਤਾਂ ਉਹ ਜਿੱਥੇ ਸਵਰ ਚਿੰਨ੍ਹ ਲੱਗਣਾ ਸੀ ਆਪਣਾ ਉਸੇ ਦੇ ਨਾਲ ਆਪਾਂ ਤੀਜੇ ਸਥਾਨ 'ਤੇ ਪਾਤਾ ਪੀਂਗ। ਇਸ ਤਰ੍ਹਾਂ ਇੱਥੇ ਡੋਟ ਲੱਗਣਾ ਸੀ, ਇੱਥੇ ਬਿੰਦੀ ਆ ਗਈ ਤਾਂ ਆਪਾਂ ਇਹਨੂੰ ਸਰਕਲ ਦੇ ਰੂਪ ਦਿੱਤਾ। ਠੀਕ ਹੈ, ਇਸ ਤੋਂ ਆਪਾਂ ਨੂੰ ਪਤਾ ਲੱਗ ਜੂ ਵੀ ਆਪਣੀ ਬਿੰਦੀ ਹੈ ਇੱਥੇ। ਠੀਕ ਹੈ, ਇਸ ਤਰ੍ਹਾਂ ਹੀ ਇਹ ਸਾਰੇ ਤੁਹਾਡੇ ਸਵਰ ਹੋ ਗਏ ਨੇ। ਠੀਕ ਹੈ, ਹੁਣ ਤੁਸੀਂ ਇਹਦੀ ਪ੍ਰੈਕਟਿਸ ਕਰਨੀ ਹੈ ਅਤੇ ਸਾਨੂੰ ਨਾਲ ਨਾਲ ਐਗਜ਼ਾਮਪਲ ਦੇ ਤੌਰ 'ਤੇ ਵੀ ਕੁਝ ਸ਼ਬਦ ਹੋਣਗੇ ਜਿਨ੍ਹਾਂ ਦੇ ਨਾਲ ਪੰਜਾਬੀ ਦੇ ਨਾਲ ਸਟੈਨੋ ਦੇ ਵੀ ਪਾਇਆ ਹੋ ਤੁਹਾਨੂੰ ਸਮਝਾਉਣ ਵਾਸਤੇ। ਫਿਰ ਨਾਲ ਤੁਹਾਨੂੰ ਇੱਕ ਸਿਰਫ ਪ੍ਰੈਕਟਿਸ ਦੇ ਤੌਰ 'ਤੇ ਵੀ ਕੁਝ ਸ਼ਬਦ ਦਿੱਤੇ ਜਾਣਗੇ ਜੋ ਤੁਸੀਂ ਆਪ ਬਣਾ ਕੇ ਕਰਨੇ ਹੈ, ਉਹਨਾਂ ਦਾ ਆਂਸਰ ਵੀ ਦਿੱਤਾ ਹੋਊਗਾ। ਲੇਕਿਨ ਉਹ ਅੱਡ ਦਿੱਤਾ ਹੋਊ ਤੁਸੀਂ ਬਾਅਦ 'ਚ ਚੈੱਕ ਕਰ ਸਕਦੇ ਹੋ ਵੀ ਹਾਂ ਤੁਸੀਂ ਸਹੀ ਪਾਇਆ ਜਾਂ ਨਹੀਂ ਪਾਏ। ਠੀਕ ਹੈ ਦੋਸਤੋ, ਇਸ ਤਰ੍ਹਾਂ ਅਸੀਂ ਅਗਲਾ ਅਗਲਾ ਚੈਪਟਰ ਅਗਲੀ ਵੀਡੀਓ 'ਚ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਅੱਜ ਲਈ ਇੰਨਾ ਹੀ, ਬਹੁਤ ਠੀਕ ਹੈ।